ਭਾਜਪਾ ਦੇ ਵੱਲੋਂ ਸੁਨਾਰੀਆ ਜੇਲ੍ਹ ਦੇ ਸਾਬਕਾ ਜੇਲਰ ਨੂੰ ਟਿਕਟ ਦਿੱਤੀ ਗਈ ਹੈ, ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਹੈ। ਦੱਸ ਦਈਏ ਕਿ ਡੇਰਾ ਮੁਖੀ ਨੂੰ 6 ਵਾਰ ਪੈਰੋਲ ਤੇ ਫਰਲੋ ਦੇਣ ਵਾਲੇ ਜੇਲਰ ਨੂੰ ਭਾਜਪਾ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਤੇ ਹਾਲੇ ਉਸ ਨੇ 3 ਦਿਨ ਪਹਿਲਾਂ ਹੀ ਭਾਜਪਾ ਜੁਆਇਨ ਕੀਤੀ ਸੀ। ਦੱਸ ਦਈਏ ਕਿ ਸੁਨੀਲ ਸਾਗਬਾਨ ਲੰਮਾ ਸਮਾਂ ਸੁਨਾਰੀਆ ਜੇਲ੍ਹ ਦੇ ਜੇਲਰ ਰਹੇ ਤੇ ਰਾਮ ਰਹੀਮ ਵੀ ਸੁਨਾਰੀਆ ਜੇਲ੍ਹ ਦੇ ਵਿੱਚ ਹੀ ਬੰਦ ਹੈ ਅਤੇ ਇਸ ਦੌਰਾਨ ਸੁਨੀਲ ਸਾਗਬਾਨ ਦੇ ਕਾਰਜਕਾਲ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ 6 ਵਾਰ ਪੈਰੋਲ ਤੇ ਫਰਲੋ ਦਿੱਤੀ ਗਈ ਹੈ ਤੇ ਉਸ ਵੇਲੇ ਸੁਨੀਲ ਸਾਗਬਾਨ ਇਸੇ ਜੇਲ੍ਹ ਦਾ ਜੇਲਰ ਸੀ ਤੇ ਹਾਲੇ 3 ਦਿਨ ਪਹਿਲਾਂ ਹੀ ਉਸ ਨੇ ਭਾਜਪਾ ਜੁਆਇਨ ਕੀਤੀ ਤੇ ਉਸ ਨੂੰ ਹਰਿਆਣਾ ਦੇ ਵਿੱਚ ਵਿਧਾਨ ਸਭਾ ਚਰਖੀ ਦਾਦਰੀ ਤੋਂ ਟਿਕਟ ਦੇ ਦਿੱਤੀ ਗਈ ਹੈ। ਇਹੀ ਨਹੀਂ, ਸੁਨੀਲ ਸਾਗਬਾਨ ਨੇ ਹਾਲੇ 1 ਸਤੰਬਰ ਨੂੰ ਹੀ VRS ਤਹਿਤ ਰਿਟਾਇਰਮੈਂਟ ਲਈ ਸੀ, ਜਾਣੀ ਕਿ ਵਲੰਟਰੀ ਰਿਟਾਇਰਮੈਂਟ ਸਕੀਮ ਦੇ ਤਹਿਤ ਉਸ ਨੇ ਰਿਟਾਇਰਮੈਂਟ ਲਈ ਸੀ ਤੇ ਇਸੇ ਹਫ਼ਤੇ ਭਾਜਪਾ ਜੁਆਇਨ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਹੁਣ ਟਿਕਟ ਦਿੱਤੀ ਗਈ ਹੈ। ਸੋਸ਼ਲ ਮੀਡੀਆ ਤੇ ਸੁਨੀਲ ਸਾਗਬਾਨ ਨੂੰ ਟਿਕਟ ਦੇਣ ਤੇ ਟ੍ਰੋਲਿੰਗ ਹੋ ਰਹੀ ਹੈ ਤੇ ਕਾਂਗਰਸ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ। ਹਾਲਾਂਕਿ ਸੁਨੀਲ ਸਾਗਬਾਨ ਸਾਬਕਾ ਮੰਤਰੀ ਸਤਪਾਲ ਸਾਗਬਾਨ ਦੇ ਪੁੱਤਰ ਨੇ ਅਤੇ ਉਹ 5 ਸਾਲ ਸੁਨਾਰੀਆ ਜੇਲ੍ਹ ਦੇ ਵਿੱਚ ਜੇਲਰ ਵਜੋਂ ਤੈਨਾਤ ਰਹੇ ਨੇ। ਦੱਸ ਦਈਏ ਕਿ ਰਾਮ ਰਹੀਮ ਨੂੰ ਹੁਣ ਤੱਕ 10 ਵਾਰ ਪੈਰੋਲ ਤੇ ਫਰਲੋ ਮਿਲ ਚੁੱਕੀ ਹੈ ਤੇ 6 ਵਾਰ ਪੈਰੋਲ ਫਰਲੋ ਸੁਨੀਲ ਸਾਗਬਾਨ ਦੇ ਕਾਰਜਕਾਲ ਦੇ ਦੌਰਾਨ ਹੀ ਮਿਲੀ ਹੈ। 1 ਸਤੰਬਰ ਨੂੰ VRS ਲਈ ਸੁਨੀਲ ਸਾਗਬਾਨ ਨੇ ਅਪਲਾਈ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹੀ ਰਿਟਾਇਰਮੈਂਟ ਦਿੱਤੀ ਗਈ ਅਤੇ ਉਸ ਨੇ ਭਾਜਪਾ ਜੁਆਇਨ ਕਰ ਲਈ, ਜਿਸ ਤੋਂ ਬਾਅਦ ਉਸ ਨੂੰ ਚਰਖੀ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਿੱਤੀ ਗਈ ਹੈ। ਹਾਲਾਂਕਿ ਇਸ ਤੇ ਸਵਾਲ ਵੀ ਉੱਠ ਰਹੇ ਨੇ ਕਿ ਕੀ ਪਹਿਲਾਂ ਤੋਂ ਹੀ ਤੈਅ ਸੀ ਕਿ ਜੇਲਰ BJP ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸੀ, ਕਿਉਂਕਿ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈ। ਹਾਲਾਂਕਿ ਪੈਰੋਲ ਅਤੇ ਫਰਲੋ ਦੇਣ ਦੇ ਮਾਮਲਿਆਂ ਦੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਇਸੇ ਅਧਿਕਾਰ ਦੇ ਤਹਿਤ ਸੁਨੀਲ ਸਾਗਬਾਨ ਨੇ 6 ਵਾਰ ਰਾਮ ਰਹੀਮ ਨੂੰ ਫਰਲੋ ਅਤੇ ਪੈਰੋਲ ਦੇਣ ਦੀ ਸਿਫਾਰਿਸ਼ ਕੀਤੀ ਸੀ। ਰਾਜਨੀਤੀ 'ਚ ਆਉਣ ਤੋਂ ਪਹਿਲਾਂ ਸੁਨੀਲ ਸਾਗਬਾਨ ਜਿੱਥੇ 5 ਸਾਲ ਸੁਨਾਰੀਆ ਜੇਲ੍ਹ ਦੇ ਵਿੱਚ ਜੇਲਰ ਰਹੇ, ਉਹ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਦੇ ਵੀ ਪ੍ਰਮੁੱਖ ਰਹੇ। ਡੇਰਾ ਮੁਖੀ ਰਾਮ ਰਹੀਮ ਵੀ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਰੇਪ ਅਤੇ ਕਤਲ ਦੇ ਮਾਮਲੇ ਦੇ ਵਿੱਚ ਬੰਦ ਹੈ ਤੇ ਉਸ ਨੂੰ 10 ਵਾਰ ਫਰਲੋ ਅਤੇ ਪੈਰੋਲ ਦਿੱਤੀ ਜਾ ਚੁੱਕੀ ਹੈ, ਜਿਸ ਦੇ ਵਿੱਚੋਂ ਰਾਮ ਰਹੀਮ ਨੂੰ 6 ਵਾਰ ਪੈਰੋਲ ਤੇ ਫਰਲੋ ਦੇਣ ਵਾਲੇ ਸਾਬਕਾ ਜੇਲਰ ਨੂੰ ਭਾਜਪਾ ਦੇ ਵੱਲੋਂ ਟਿਕਟ ਦਿੱਤੀ ਗਈ ਹੈ। BJP ਨੇ ਵਿਧਾਨ ਸਭਾ ਹਲਕਾ ਦਾਦਰੀ ਤੋਂ ਦੰਗਲ ਗਰਲ ਬਬੀਤਾ ਫੋਗਾਟ ਦੀ ਟਿਕਟ ਕੱਟ ਕੇ ਸੁਨੀਲ ਸਾਗਬਾਨ ਨੂੰ ਮੈਦਾਨ 'ਚ ਉਤਾਰਿਆ ਹੈ। ਸੁਨੀਲ ਸਾਗਬਾਨ ਨੇ ਜੇਲ੍ਹ ਸੁਪਰਡੈਂਟ ਦੇ ਅਹੁਦੇ ਤੋਂ VRS ਲੈ ਕੇ ਇਸੀ ਹਫ਼ਤੇ ਭਾਜਪਾ ਜੁਆਇਨ ਕੀਤੀ ਸੀ। ਹਾਲਾਂਕਿ ਸੁਨੀਲ ਸਾਗਬਾਨ 'ਤੇ ਹੁਣ ਸਵਾਲ ਵੀ ਖੜ੍ਹੇ ਹੋ ਰਹੇ ਨੇ। ਇਸ ਦੇ ਨਾਲ ਹੀ ਭਾਜਪਾ 'ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਭਾਜਪਾ ਨੇ ਡੇਰਾ ਮੁਖੀ ਰਾਮ ਰਹੀਮ ਨੂੰ 6 ਵਾਰ ਪੈਰੋਲ 'ਤੇ ਫਰਲੋ ਦੇਣ ਵਾਲੇ ਜੇਲਰ ਨੂੰ ਟਿਕਟ ਦਿੱਤੀ ਹੈ। ਸੁਨੀਲ ਸਾਗਬਾਨ ਸਾਬਕਾ ਮੰਤਰੀ ਸਤਪਾਲ ਸਾਗਬਾਨ ਦੇ ਪੁੱਤਰ ਨੇ ਤੇ ਸਤਪਾਲ ਸਾਗਬਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ BJP 'ਚ ਸ਼ਾਮਲ ਹੋਏ ਸੀ ਅਤੇ ਉਹ ਚਰਖੀ ਦਾਦਰੀ ਤੋਂ ਸਾਬਕਾ ਵਿਧਾਇਕ ਨੇ। ਸੁਨੀਲ ਸਾਗਬਾਨ 22 ਸਾਲ ਤੱਕ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਰਹੇ। 2002 ਦੇ ਵਿੱਚ ਉਹਨਾਂ ਨੇ ਹਰਿਆਣਾ ਜੇਲ੍ਹ ਵਿਭਾਗ ਜੁਆਇਨ ਕੀਤਾ ਸੀ। ਕਈ ਜੇਲ੍ਹਾਂ ਦੇ ਪ੍ਰਮੁੱਖ ਰਹੇ ਅਤੇ ਇਸ ਦੇ ਵਿੱਚ ਸੁਨਾਰੀਆ ਜੇਲ੍ਹ ਵੀ ਸ਼ਾਮਲ ਹੈ, ਜਿੱਥੇ ਉਹਨਾਂ ਨੇ 5 ਸਾਲ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਇਸੇ ਜੇਲ੍ਹ ਦੇ ਵਿੱਚ ਰਾਮ ਰਹੀਮ ਵੀ ਬੰਦ ਹੈ। 12 ਅਗਸਤ ਨੂੰ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ 21 ਦਿਨ ਦੀ ਫਰਲੋ ਮਿਲੀ ਸੀ ਤੇ ਜੇਲ੍ਹ ਤੋਂ ਉਹ ਬਾਹਰ ਆਇਆ ਸੀ ਅਤੇ ਰਾਮ ਰਹੀਮ ਦੀ ਫਰਲੋ ਦਾ ਸਮਾਂ ਪੂਰਾ ਹੋ ਗਿਆ, ਜਿਸ ਤੋਂ ਬਾਅਦ ਉਹ ਦੁਬਾਰਾ ਜੇਲ੍ਹ ਚਲਾ ਗਿਆ। ਰਾਮ ਰਹੀਮ ਨੂੰ ਹੁਣ ਤੱਕ 10 ਵਾਰ ਪੈਰੋਲ ਤੇ ਫਰਲੋ ਮਿਲ ਚੁੱਕੀ ਹੈ, ਜਿਸ ਦੇ ਵਿੱਚ 6 ਵਾਰ ਪੈਰੋਲ ਤੇ ਫਰਲੋ ਸੁਨੀਲ ਸਾਗਬਾਨ ਦੇ ਕਾਰਜਕਾਲ ਦੇ ਦੌਰਾਨ ਹੀ ਮਿਲੀ ਹੈ।